ਪਿਛਲੇ ਦਿਨੀ ਐਡਮਿੰਟਨ ਵਿੱਚ ਮਿਸ ਨੋਬਲ ਕੈਨੇਡਾ 2019 ਸੁੰਦਰਤਾ ਮੁਕਾਬਲੇ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਏ ਗਏ। ਵੱਡੀ ਗਿਣਤੀ ਵਿੱਚ ਐਡਮਿੰਟਨ ਦੇ ਕੋਨੇ ਕੋਨੇ ਤੋਂ ਪਹੁੰਚੇ ਹਰ ਕਮਿਊਨਿਟੀ ਦੇ ਲੋਕਾਂ ਦਾ ਜੋਸ਼ ਇਸ ਪ੍ਰੋਗਰਾਮ ਵਿੱਚ ਗੂੰਜ ਰਿਹਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਭਾਰਤ ਤੋਂ ਪਹੁੰਚੇ ਧਾਰਮਿਕ ਸੰਸਥਾ ਦੇ ਪ੍ਰਚਾਰਕ ਨੇ ਲੋਕ ਭਲਾਈ ਅਤੇ ਸੇਵਾ ਦਾ ਸੰਦੇਸ਼ ਦੇ ਕੇ ਕੀਤੀ। At the same time, he is the greatest reconciler of spiritualism. ਇਸ ਤੋਂ ਬਾਅਦ ਭਾਰਤੀ ਲੋਕ ਨਾਚ ਦੀ ਹਾਜ਼ਰੀ ਲਵਾਉਂਦਿਆਂ ਅੰਜਨਾ ਬੱਬਰ ਅਤੇ ਉਹਨਾਂ ਦੀ ਟੀਮ ਨੇ ਡਾਂਸ ਪਰਫਾਰਮੈਂਸ ਕੀਤੀ ਜਿਸ ਦੀ ਹਰ ਇੱਕ ਨੇ ਸ਼ਲਾਘਾ ਕੀਤੀ। ਮਲਟੀਕਲਚਰਲ ਨਾਲ ਸੰਪੂਰਨ ਇਸ ਈਵੈਂਟ ਵਿੱਚ ਹੋਰਨਾਂ ਭਾਈਚਾਰਿਆਂ ਨੇ ਵੀ ਆਪਣੀ ਸੱਭਿਅਤਾ ਦਾ ਪ੍ਰਗਟਾਵਾ ਕੀਤਾ। ਸੁੰਦਰਤਾ ਮੁਕਾਬਲੇ ਦੀ ਸ਼ੁਰੂਆਤ ਕਰਦਿਆਂ ਕੈਨੇਡਾ ਭਰ ਤੋਂ ਪਹੁੰਚੀਆਂ ਮਾਡਲਾਂ ਨੇ ਜਿਉਂ ਹੀ ਸਟੇਜ 'ਤੇ ਆਪਣੀ ਹਾਜ਼ਰੀ ਲਵਾਈ ਤਾਂ ਹਾਜ਼ਰ ਦਰਸ਼ਕਾਂ ਨੇ ਤਾੜੀਆਂ ਨਾਲ ਹਰ ਇੱਕ ਦਾ ਸਵਾਗਤ ਕੀਤਾ। ਵੱਖੋ ਵੱਖ ਮਾਡਲਾਂ ਦੀ ਹਰ ਇੱਕ ਅਦਾ ਨੂੰ ਦੇਖਣ ਪਰਖਣ ਲਈ ਜੱਜਸ ਦਾ ਪੈਨਲ ਮੌਜੂਦ ਸੀ ਜੋ ਕਿ ਸਟੇਜ 'ਤੇ ਆ ਰਹੇ ਹਰ ਇੱਕ ਮੁਕਾਬਲਾਕਾਰ ਨੂੰ ਸਵਾਲ ਪੁੱਛ ਰਹੇ ਸਨ। ਵੱਖੋ ਵੱਖ ਰਾਊਂਡ ਪਾਰ ਕਰਦਿਆਂ ਅਖੀਰ ਤਿੰਨ ਪ੍ਰਤੀਯੋਗੀਆਂ ਵਿੱਚੋਂ ਪ੍ਰਨੀਤ ਨੂੰ ਮਿਸ ਨੋਬਲ ਕੈਨੇਡਾ 2019 ਦਾ ਤਾਜ ਪਹਿਨਾਇਆ ਗਿਆ। ਜ਼ਿਕਰਯੋਗ ਹੈ ਕਿ ਆਰਤੀ ਵਰਮਾ ਕੁਆਟਰਾ ਦੀ ਦੇਖ ਰੇਖ ਹੇਠ ਇਹ ਲਗਾਤਾਰ ਦੂਜਾ ਸਾਲਾਨਾ ਪ੍ਰੋਗਰਾਮ ਸੀ ਜੋ ਕਿ ਪੂਰੀ ਤਰ੍ਹਾਂ ਸਫਲ ਰਿਹਾ। ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਨਾਨ ਪ੍ਰੋਫਿਟ ਸੰਸਥਾ ਲਿਵ ਟੂ ਹੈਲਪ ਦੇ ਬੈਨਰ ਹੇਠ ਕਰਵਾਏ ਇਸ ਪ੍ਰੋਗਰਾਮ ਤੋਂ 71 ਰਾਸ਼ੀ ਦਾ 100% ਹਿੱਸਾ ਚੈਰਿਟੀ ਨੂੰ ਦਿੱਤਾ ਜਾਵੇਗਾ। ਆਈ ਐਮ ਮਿਸਿਸ ਕਾਮਨਵੈਲਥ ਯੂਰੋ ਐਟਲਾਂਟਿਕ ਵਿਨਰ 2018 ਐਂਡ ਆਮ ਹੇਅਰ ਐਜ਼ ਅ ਜੱਜ ਐਂਡ ਆਮ ਰੀਅਲੀ ਐਕਸਾਈਟਡ ਟੂ ਕਮ ਆਲ ਦ ਵੇ ਫਰਮ ਟੋਰਾਂਟੋ। ਕੰਗ੍ਰੈਚੁਲੇਸ਼ਨਸ ਟੂ ਆਰਤੀ ਵਰਮਾ ਐਂਡ ਹਰ ਟੀਮ। ਆਈ ਵਿਸ਼ ਦਮ ਆਲ ਦ ਬੈਸਟ। ਥੈਂਕ ਯੂ। ਐਂਡ ਇਟ ਇਜ਼ ਐਨ ਆਨਰ ਐਂਡ ਪਲੇਸ਼ਰ ਟੂ ਬੀ ਹੇਅਰ ਇਨ ਸਪੋਰਟਿੰਗ ਦਿਸ ਗੁੱਡ ਇਵੈਂਟ। Thank you. I'm great to be here. Grateful to the organizers for the good job they've done, and thanks for my friend Aspi for the invite tonight. In my capacity as Shadow Minister International Development, we do a lot of the focus on education and in development around the world, and this event represents something very important, which is the focus on education. So to all the organizers, to all the sponsors, it's a great event. I wish you the best, and we hope that we can work together to help you further succeed in what you do. Aaj Miss Nobel 2019 da program samapt hoya, jinna bhi sara ikatth hoya, aaj do main causes karke ikatth hoya, jehda ki ek ta apne jehde Canada de military veterans layi support sare bandiyan ne zahir kiti, aur aaj jehde vi jehdi tickets vikiyan ne ohde sari donation apna ਮਿਲਟਰੀ ਵੈਟਰਨਸ ਅਤੇ ਇੱਕ ਦੂਸਰਾ ਕੋਸ ਜਿਹੜਾ ਹੈ ਕਿ ਵੁਮੈਨ ਐਜੂਕੇਸ਼ਨ ਇਨ ਇੰਡੀਆ। ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਵਿਲੇਜਸ ਦੇ ਵਿੱਚ ਵੁਮੈਨ ਐਜੂਕੇਸ਼ਨ ਦੀ ਕਿੰਨੀ ਇੰਪੋਰਟੈਂਸ ਹੈਗੀ ਹੈ, ਬਿਕੋਜ਼ ਵੁਮੈਨ ਆਰ ਨੋਟ ਬੀਂਗ ਐਜੂਕੇਟਡ। ਸੋ ਆਰਤੀ ਵਰਮਾ ਕੁਆਤਰਾ ਅਤੇ ਉਹਨਾਂ ਦੇ ਵਾਲੰਟੀਅਰ ਟੀਮ ਨੇ ਅੱਜ ਜਿਹੜਾ ਇਕੱਠ ਕੀਤਾ ਔਰ ਜਿਹੜਾ ਉਪਰਾਲਾ ਕੀਤਾ, ਬਿਲਕੁਲ ਇੱਕ ਤਾਰੀਫ ਕਰਨ ਯੋਗ ਹੈ। ਔਰ ਮੈਂ ਚਾਹੁੰਦਾ ਕਿ ਇੱਦਾਂ ਦੇ ਪ੍ਰੋਗਰਾਮ ਕਮਿਊਨਿਟੀ ਦੇ ਵਿੱਚ ਦੁਬਾਰਾ ਹਰ ਸਾਲ ਹੁੰਦੇ ਰਹਿਣ, ਤਾਂ ਕਿ ਸਾਡੀ ਕਮਿਊਨਿਟੀ ਮਜ਼ਬੂਤ ਰਹੇ, ਤਾਂ ਕਿਸੇ ਇੱਕ ਬੰਦੇ ਦਾ ਆਈਡੀਆ ਇੱਕ ਤੱਕ ਸੀਮਿਤ ਨਾ ਰਹਿ ਜਾਵੇ। ਇੱਕ ਕਮਿਊਨਿਟੀ ਇਕੱਠ ਹੋ ਕੇ ਉਹਦਾ ਆਈਡੀਆ ਪੂਰਾ ਕੀਤਾ ਜਾਵੇ। ਔਰ ਉਹਦਾ ਮੇਨ ਐਗਜ਼ਾਮਪਲ ਅੱਜ ਸਾਰੇ ਜਿਹੜੇ ਦਰਸ਼ਕ ਇੱਥੇ, ਸਾਰੇ ਜਿਹੜੇ ਆਡੀਅੰਸ ਜਿਹੜੇ ਇਕੱਠੇ ਹੋਏ ਨੇ, ਉਹਨਾਂ ਨੇ ਆਰਤੀ ਵਰਮਾ ਕੁਆਤਰਾ ਦਾ ਜਿਹੜੀ ਇੱਕ ਸੋਚ ਸੀਗੀ ਕਿ ਵੁਮੈਨ ਐਜੂਕੇਸ਼ਨ ਐਂਡ ਮਿਲਟਰੀ ਵੈਟਰਨਸ ਦੀ ਸਪੋਰਟ ਲਈ, ਉਹ ਸੋਚ ਸਾਰਿਆਂ ਨੇ ਪੂਰੀ ਕੀਤੀ। ਔਰ ਮੈਂ ਉਮੀਦ ਕਰਦਾ ਕਿ 2020 ਦੇ ਵਿੱਚ ਵੀ ਆਰਤੀ ਵਰਮਾ ਕੁਆਤਰਾ ਅਤੇ ਉਹਨਾਂ ਦੀ ਟੀਮ ਨੂੰ ਇੱਦਾਂ ਹੀ ਸਪੋਰਟ ਮਿਲੇਗੀ। ਜੇ ਤੁਸੀਂ ਇਸ ਪ੍ਰੋਗਰਾਮ ਵਿੱਚ ਕੋਈ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਤਾਂ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਜਰਨੈਲ ਬਸੋਤਾ ਨੂੰ ਸੰਪਰਕ ਕਰ ਸਕਦੇ ਹੋ।
ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਗਲੇ ਹਫ਼ਤੇ ਫਿਰ ਮਿਲਾਂਗੇ, ਸਤਿ ਸ਼੍ਰੀ ਅਕਾਲ।